So hey, what's up guys, we are back with a new video. This is Shivam. This is Neha and you are watching Beat Blasters. सो थोड़े लिए लेके आया गाना, बहुत ही रिक्वेस्ट था, पर किया जिसी की सेलिब्रिटी किलर है गाइस, तू मुझसे बड़े गाना इधर ते रिएक्शन करो। ये गाना आप पहले सुनया होया, जब मैं पहले रिएक्शन किया जो बाद भी एक दो बार सुनया होगा, छूट क्यों गया ना ते, पर उस रीज नाल नहीं सुनया, उस ध्यान नाल नहीं सुनया जिस ध्यान नाल आप हुण गाने सुन रहे हैं, क्योंकि हुण ये हो रहा है कि पहले जिहड़ियां गल्लां कीतियां एक एक गल सच्ची सी। पिछला गोली गाना आप रिएक्शन किया सी कितने चला के नहीं तुम्हें क्या पढ़ना आपने, मैं टाइम नहीं, क्योंकि टी आई है, टाइम ना ताई है, टी आई टाइम टाइम वेन बोला मैं। अच्छा टीन अच्छा क्यों बोला तुझे जबरदस्ती ते रैप से पेरा भाई ने एक वीडियो की थी, ये मैं देखा नहीं, पर मेरे लास्ट टाइम का याद आ रहा है, रिएक्शन किया था पहले, तो आज फिर देखने लगे बंदे ने भी रिक्वेस्ट की थी कि भाई तुसी रिएक्शन किया है पहले सेलिब्रिटी किलर ते, आज फिर करो क्योंकि हुण एक नजरिया अलग होएगा देखने का, रिएक्शन ते एक करन दा भी अलग ही होएगा। सो उन्हूं देख दे आपां, फिर करदे आं बाकी गल्लां डिस्कस, ते व्लॉग भी देखो, साडा लिंक डिस्क्रिप्शन दित्ता, डेली व्लॉग कर रहे हैं आपां, साडी लाइफ दे बारे जानो, देखो जे इंटरेस्ट बनदा तां अपने नाल। सो बाकी करिए प्ले जी। स्टिल बैंगल्स ਚਰ ਟੰਗਿਆ ਨੀ ਬਾਈ ਕੀ ਜੀਨਾ ਵਿੱਚ ਨੀ ਨਵੀਂ ਜੇ ਮੰਡੀਰੀ ਉੱਠੀ ਤੇਰੇ ਸ਼ਾਇਰ ਦੀ ਵਿੱਚ ਨਾਮ ਚੱਟਦਾ ਤੂੰ ਸੁਣਿਆ ਤਾਂ ਬਹੁਤ ਹੋਣਾ ਦੇਖਿਆ ਨੀ ਹੋਣਾ ਮੈਨੂੰ ਸੀਨਾ ਵਿੱਚ ਨੀ ਆਓ ਜਦੋਂ ਕਿਤੇ ਨਿਕਲੇ ਹੋਏ ਬਾਹਰ ਹੁੰਦਿਆਂ ਨੀ ਉਦੋਂ ਕਾਲ ਹੁੰਦਾ ਆ ਨੀ ਮੈਂ ਖਾ ਤਿੰਨ ਚਾਰ ਤੇ ਜਦੋਂ ਕਿਤੇ ਨਿਕਲਿਆ ਬਾਹਰ ਹੁੰਦੇ ਆ, ਜਦੋਂ ਮੈਂ ਕਿਤੇ ਬਾਹਰ ਜਾਂਦਾ ਹੈ ਨਾ ਤੇ ਤਿੰਨ ਚਾਰ ਦਸ ਦਿਨ ਕਾਲ ਹੁੰਦਾ ਹੀ ਹੁੰਦਾ ਲਾਈਨ ਯਾਰ ਮੈਂ ਉੱਪਰ ਸੱਜੇ ਨੇ ਕਿ ਐਕਸ਼ਨ ਜ਼ਿਆਦਾ ਸਿੱਧੂ ਹਰ ਕੋਈ ਅਲੱਗ ਹੀ ਐਕਸ਼ਨ ਹੈ ਮੈਂ ਐਸੀ ਕਰਕੇ ਆ ਕੁਝ ਨਾ ਕਰਕੇ ਮੇਰੇ ਦਾ ਕਰਕੇ ਨਾ ਤੇ ਮਤਲਬ ਅਲੱਗ ਯਾਰ ਮਤਲਬ ਬਹੁਤ ਹੀ ਕਿਲਰ ਲਾਈਨ ਨੇ ਯਾਰ। ਹੁਣ ਦੇਖੋ ਆਪਾਂ ਜਦੋਂ ਪਹਿਲੇ ਗਾਣੇ ਦੇਖਦੇ ਸੀ ਨਾ ਸਿੱਧੂ ਮੂਸੇ ਵਾਲੇ ਦੇ, ਉਦੋਂ ਆਪਾਂ ਇੰਨਾ ਜ਼ਿਆਦਾ ਲਿਰਿਕਸ ਨੂੰ ਐਪਰੀਸ਼ੀਏਟ ਨਹੀਂ ਕਰਦੇ ਸੀ ਆਪਾਂ, ਪਰ ਉਸ ਟਾਈਮ ਪਰ ਉਸ ਟਾਈਮ ਹੁਣ ਨਾ ਦਿਮਾਗ ਤਾਂ ਲੱਗਦਾ ਕਿ ਨਹੀਂ ਯਾਰ ਬੰਦੇ ਕੋਲ ਲਿਰਿਕਸ ਕਿੱਦਾਂ ਦੇ ਸੀ, ਇੱਦਾਂ ਦੇ ਗਾਣੇ ਕੋਈ ਨਹੀਂ ਲਿਖ ਸਕਦਾ ਯਾਰ, ਮਤਲਬ ਨਹੀਂ ਬੜੇ ਯਾਰ ਬੜੇ ਨੈਕਸਟ ਲੈਵਲ ਦੇ, ਕੋਈ ਸੋਚ ਹੀ ਨਹੀਂ ਸਕਦਾ ਕਿਸੇ ਦੀ ਥਿੰਕਿੰਗ ਹੈ ਨਹੀਂ ਇੱਦਾਂ ਦੇ ਗਾਣੇ ਲਿਖਣ ਦੀ ਯਾਰ, ਮਤਲਬ ਪਤਾ ਨਹੀਂ ਯਾਰ, ਸਮਝ ਨਹੀਂ ਆਉਂਦਾ ਕਿ ਕਿੱਦਾਂ ਕੀ ਯਾਰ, ਸਮਝ ਨਹੀਂ ਆਉਂਦਾ। ਕਲੇ ਹੋਏ ਬਾਹਰ ਹੁੰਦੇ ਆ ਨੀ ਉਦੋਂ ਕਾਲ ਹੁੰਦਾ ਆ ਨੀ ਮੈਂ ਖਾ ਤਿੰਨ ਚਾਰ ਤੇ ਕੁੱਝ ਦਾ ਨੀ ਗੋਲੀ ਆਲਾ ਸੱਪ ਛਪਿਆ ਨੀ ਮਿੱਤਰਾ ਦੀ ਕਾਰ ਤੇ ਵੀ ਰਿਪਲਾਈ ਕੀਤਾ ਸੀ ਕਿਸੇ ਨੂੰ, ਪਰ ਹੁਣ ਆਪਾਂ ਨਾ ਕਿਉਂ ਲੈਣਾ, ਰਿਪਲਾਈ ਰਿਪਲੂ ਸਭ ਹੋ ਹੀ ਗਿਆ ਖਤਮ, ਪਰ ਗੋਲੇ ਦਾ ਪ੍ਰਿੰਟ ਛਪਿਆ ਐਵੇਂ ਤਰ੍ਹਾਂ ਦੀ ਯਾਰ, ਮਤਲਬ ਪਹਿਲਾਂ ਬੰਦਾ ਇਹਨੂੰ ਪਤਾ ਸੀ ਨਾ ਕਿ ਇਸੀ ਲਾਈਨ ਦਾ ਵੇਟ ਕਰ ਰਿਹਾ ਸੀ, ਇਸੀ ਲਾਈਨ ਦਾ ਰਾਈਟ ਵਿੰਡੋ ਬਹੁਤ ਦੌਰਾ ਇੱਕ ਵਾਰ ਮਿੱਠੀ ਹੈ ਜਾਂਦੀ ਫਾਕੇ ਵੱਟਦੀ ਰਾਈਟ ਵਿੰਡੋ ਬੋਨਟ ਤੇ ਬੱਜੇ ਹੋਏ ਆ ਜਿਹਦੇ ਪੈਰ ਮਿੱਠੀ ਹੈ, ਮਤਲਬ
ਇਹ ਵੀ ਪਤਾ ਸੀ ਕਿ ਮੈਂ ਗੱਡੀ ਚਲਾ ਰਿਹਾ ਹੋਣਾ, ਮੈਂ ਹੀ ਚਲਾ ਰਿਹਾ ਹੋਣਾ ਉਸ ਟਾਈਮ। ਬਸ ਗੱਡੀ ਥੋੜ੍ਹੀ ਚੇਂਜ ਹੋ ਗਈ ਹੈ, ਇੱਥੇ ਜੀ ਵੈਗਨ ਆ ਗਈ ਹੈ। ਉਸ ਟਾਈਮ ਆਪਣੇ ਕੋਲ ਥਾਰ ਸੀ, ਪਰ ਸਿੱਧੂ ਮੂਸੇਵਾਲਾ ਜੇ ਕਿਤੇ ਅੱਗੇ ਪਿੱਛੇ ਹੁੰਦੇ ਤੇ ਆਈ ਥਿੰਕ ਉੱਦਾਂ ਦੀ ਕੋਈ ਗੱਡੀ ਹੁੰਦੀ, ਜਾਂ ਰੇਂਜ ਰੋਵਰ ਹੁੰਦੀ ਜਾਂ ਕੋਈ ਹੋਰ ਹੁੰਦੀ, ਤੇ ਕੋਈ ਲਗਜ਼ਰੀ ਗੱਡੀ ਹੋਣੀ ਸੀ। ਪਰ ਪੂਰਾ ਪਤਾ ਸੀ ਨਾ ਕਿ ਰਾਈਟ ਵਿੰਡੋ ਸੀਟ 'ਤੇ ਵੱਜੇ ਹੋਣੇ ਆ, ਜਿਹਦੇ ਫਾਇਰ ਮਿੱਠੀ ਹੈ ਯਾਰ, ਮਤਲਬ ਕਿਆ ਹੀ। ਕਾਸ਼ ਮੇਰੇ ਵਿੱਚ ਆ ਜਾਂਦਾ ਸਿੱਧੂ ਮੂਸੇਵਾਲੇ ਦੀ ਆਤਮਾ, ਮੈਨੂੰ ਗੀਤ ਲਿਖ ਲਿਖ ਕੇ ਦਿੰਦੇ ਜਾਵੇ ਨਾ ਰਾਤ ਕੋ, ਤੇ ਮੈਂ ਰਾਈਟ ਵਿੰਡੋ ਬੋਨਟ ਉੱਤੇ ਵੱਜੇ ਹੋਇਆ ਜਿਹਦੇ ਫਾਇਰ ਸੋਣੀਏ, ਆਓ ਭੁੱਗੀਆਂ ਗਟਾਰਾਂ ਦਾ ਕੀ ਬਸ ਚੱਲਣਾ ਬਾਜਾ ਵਾਲੀ ਡਾਰ ਤੇ, ਕੁੱਚੀ ਦਾ ਨੀ ਗੋਲੀ ਦਾ ਪ੍ਰਿੰਟ ਛਪਿਆ ਨੀ ਮਿੱਤਰਾਂ ਦੀ ਕਾਰ ਤੇ, ਸਟੀਲ ਬੈਂਗਲਸ ਆਈ ਥਿੰਕ ਸਿੱਧੂ ਮੂਸੇਵਾਲੇ ਦੇ ਘਰ ਵੀ ਆਏ ਸੀ 3-4 ਦਿਨ ਪਹਿਲਾਂ ਹੁਣ, ਤੇ ਉਹ ਵੀ ਮੈਂ ਇੱਕ ਇੰਸਟਾਗ੍ਰਾਮ ਤੇ ਪੋਸਟ ਦੇਖੀ ਸੀ। Random whacking, we in the online chatting. Me, I keep platinum rapping. Why to my upset catting? Yeah. Idiot fuckboy capping. Pull up, just up the shampoo, backing. I don't even know what happened. We was in London, now we're in. Do the money dance. Shepherd up them in shop in France. Man, we P-way before advance. Spray the car, gotta take the chance. See me, I roll up, bait to the function. Any violation, lungs getting punctured. Who's on the net, love, top, but they're bluffing. Me, I don't talk, get straight to the cut. Rick around us, hadi challenging. Take it down the line, a minute. Out there, yeah, they might be out there. Hold no point, I'm not a sad sign, a minute. I took a route about to check. Sony, any moose, yeah, ਸੱਪ ਛਪਿਆ ਨੀ ਮਿੱਤਰਾਂ ਦੀ ਕਾਰ ਤੇ, ਆਓ ਕੁੱਜੀ ਦਾ ਨੀ ਗੋਲੀ ਵਾਲਾ ਸੱਪ ਛਪਿਆ ਨੀ ਮਿੱਤਰਾਂ ਦੀ ਕਾਰ ਤੇ। SYL ਸਾਈਡ ਤੇ ਸ਼ੋਅ ਹੋ ਰਿਹਾ ਸਿੱਧੂ ਮੂਸੇਵਾਲੇ ਦਾ ਨਾ, ਇਹ ਗਾਣਾ ਮਤਲਬ ਬਲੌਕ ਹੋ ਕੇ ਦੁਬਾਰਾ ਆ ਗਿਆ ਹੈ। ਕਿਸ ਪੇ ਗਾਣਾ ਤਾਂ ਯੂਟਿਊਬ, ਮੈਂ ਇੱਕ ਵਾਰ ਦੇਖਤੇ ਹੈ ਕਲਿੱਕ ਕਰਕੇ ਚੱਲ ਰਿਹਾ, ਵੀਡੀਓ ਇਜ਼ ਅਨਅਵੇਲੇਬਲ, ਤੇ ਸਾਡੇ ਰਿਐਕਸ਼ਨ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਹੋ SYL ਤੇ ਰਿਐਕਸ਼ਨ ਆਪਾਂ ਜਿਹੜਾ ਕੀਤਾ ਹੋਇਆ। ਮੈਂ ਕਦੇ ਵੀ ਗਾਣਾ ਸੁਣਦੀ ਹਾਂ ਤਾਂ ਮੈਂ ਨਾ ਇੱਕ ਕਿਸੀ ਬਿਮਾਰੀ ਸੇ ਕੁਛ ਹੋਤਾ ਵੋ ਚੀਜ਼ ਅਲੱਗ ਹੋਣੀ ਦੇਣਾ, ਲੇਕਿਨ ਪਰ ਯਾਰ ਲੀਰਿਕਸ ਸਿੱਧੂ ਮੂਸੇਵਾਲੇ ਅੱਬ ਰਿਲਾਈਜ਼ ਜ਼ਿਆਦਾ ਹੋ ਰਿਹਾ। ਪਹਿਲੇ ਵੀ ਆਪਾਂ ਇਹ ਕਹਿੰਦੇ ਸੀ ਕਿ ਗਾਣੇ ਬਹੁਤ ਵਧੀਆ ਹੈ, ਗਾਣੇ ਬਹੁਤ ਵਧੀਆ, ਪਰ ਅੱਬ ਰਿਲਾਈਜ਼ ਹੋ ਰਿਹਾ ਕਿ ਜੋ ਰੀਅਲ ਮੀਨਿੰਗ ਹੈ ਲੀਰਿਕਸ ਕਾ, ਜੋ ਇਨਕੀ ਤਰ੍ਹਾਂ ਕੋਈ ਹੋ ਹੀ ਨਹੀਂ ਸਕਦਾ, ਕੋਈ ਲੀਰਿਕਸ ਨਹੀਂ ਕੋਈ ਨਹੀਂ ਜਿੰਨਾ ਮਰਜ਼ੀ ਜੋ ਲਗਾ ਲੇ ਬੰਦਾ ਨੂੰ, ਮਤਲਬ ਅਲੱਗ ਵਾਈਬ ਦੇ ਸਕਦਾ ਹੈ ਔਰ ਕਿਸੇ ਲੈਵਲ ਮੇਂ ਰੋਮਾਂਟਿਕ ਇਨਕੀ ਲੈਵਲ ਕਾ ਨਹੀਂ ਕਰ ਸਕਦਾ, ਇਨਕੀ ਲੈਵਲ ਕਾ ਨਹੀਂ ਕਰ ਸਕਦਾ, ਸਿੱਧੀ ਸੀ ਬਾਤ ਹੈ ਕਿ ਅਲੱਗ ਇਸ ਟਾਈਪ ਕੀ ਲੀਰਿਕਸ ਯਾਰ ਬਹੁਤ ਹੀ ਮੁਸ਼ਕਿਲ ਹੈ, ਔਰ ਮਤਲਬ ਮੁਸ਼ਕਿਲ ਕਿਆ ਨਹੀਂ ਇੱਕ ਮੀਨ ਸਕਦਾ, ਛੋਟੀ ਸੀ ਲਾਈਨ ਮੇਂ ਹੀ ਪੂਰੀ ਕੀ ਪੂਰੀ ਲਾਈਨ ਸਮਝ ਆ ਜਾਂਦੀ, ਪੂਰਾ ਪੈਰਾ ਇੱਕ ਛੋਟੀ ਸੀ ਲਾਈਨ ਮੇਂ ਹੀ ਸਮਝ ਆ ਜਾਂਦਾ, ਮਤਲਬ ਇੰਨੀ ਕਮਾਲ ਕੀ ਲਾਈਨ ਹੈ, ਔਰ ਸੈਲਿਬ੍ਰਿਟੀ ਕਿਲਰ ਗਾਣਾ, ਮਤਲਬ ਇਹ ਸੀ ਗਾਣਾ। ਤੇ ਹੁਣ ਆਪਾਂ ਗਾਣੇ ਦੀ ਕੀ ਤਾਰੀਫ ਕਰ ਸਕਦੇ ਹਾਂ, ਤੇ ਆਪਾਂ ਸਭ ਕੁਛ ਹੀ ਹੈ ਗਾਣਾ, ਤੇ ਜਿਹੜੀ ਗੱਲਾਂ ਸੀ ਉਹ ਸੱਚ ਹੋਈਆਂ, ਰਾਈਟ ਵਿੰਡੋ ਬੋਨਟ ਤੇ ਵੱਜੇ ਹੋਣੇ ਆ ਜਿਹਦੇ ਫਾਇਰ ਮਿੱਠੀ ਹੈ, ਤੇ ਕਹਿੰਦੇ ਆ ਕਰਨਾ ਖੜਾਕਾ ਤੇਰੇ ਸ਼ਹਿਰ ਹੈ ਨਾ। ਸੋ ਇਹ ਸੀ ਗਾਣਾ, ਤੇ ਹੁਣ ਰਿਕੁਐਸਟ ਆ ਰਹੀ ਹੈ ਜ਼ਿਆਦਾ ਸਿੱਧੂ ਐਂਥਮ ਗਾਣੇ ਦੀ, ਤੇ ਤੁਸੀਂ ਸਾਰੇ ਜਣੇ ਹੋਰ ਗਾਣੇ ਦੱਸੋ, ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਰਿਐਕਸ਼ਨ ਕਰੀਏ ਆਪਾਂ ਜਿਹਦੇ 'ਤੇ, ਜ਼ਰੂਰ ਕਮੈਂਟ ਕਰਕੇ ਦੱਸੋ।
ਤੇ ਬਾਕੀ ਤਾਂ ਫਿਲਹਾਲ ਨਹੀਂ ਸੀ ਗਾਇਸ, ਥੈਂਕ ਯੂ ਸੋ ਮਚ ਫੋਰ ਵਾਚਿੰਗ ਦ ਵੀਡੀਓ, ਮਿਲਦੇ ਹਾਂ ਨੈਕਸਟ ਵੀਕ, ਥੈਂਕ ਯੂ।